26 ਤਾਈਕ ਅਕਤੂਬਰ ਦੀ ਮੇਰੀ ਮੈਰਿਜ ਆ ਤੇ ਮੇਰੇ ਪਾਪਾ ਨੂੰ ਹੈਗੇ 10 ਸਾਲ ਹੋਏ ਉਹਨਾਂ ਦੀ ਡੈਥ ਹੋਈ ਨੂੰ ਤੇ ਅਸੀਂ ਤੇ ਬ੍ਰਦਰ ਬਣੇ ਹੈਗੇ ਇਹ ਮੇਰੀਆਂ ਬੇਟੀਆਂ ਮੇਰਾ ਦੋ ਵੀਰ ਮੇਰਿਓ ਪਿੰਡ ਖਾਨਪੁਰਾ ਜ਼ਿਲ੍ਹਾ ਤਰਨਤਾਰਨ ਦਾ ਵੀਰ ਬੱਚੀ ਆ ਇਹ ਨਾ ਅੱਜ ਦੁਸ਼ਹਿਰੇ ਦੀ ਚਾਰੇ ਵੀਰੋ ਪੈਣਾ ਵਾ ਤੇ ਮੈਂ ਕੱਲ ਤੁਹਾਨੂੰ ਉਹ ਚੋਣਾ ਹੀ ਆਵਾ ਇੱਧਰ ਲੈ ਜਾਣਾ ਨਹੀਂ ਵੀਰੋ ਭਰਾ ਹੈਗਾ ਵਾ ਤੇ ਵੀਰੋ ਸਿਰਫ ਵਿਆਹ ਦੇ ਵਿੱਚ ਇੱਕ ਦਿਨ ਰਹਿ ਗਿਆ ਵਾ 26 ਤਾਰੀਖ ਅਕਤੂਬਰ ਇਸ ਬੱਚੀ ਦੀ ਮੈਰਿਜ ਆ ਤੇ ਸਿਰਫ ਇੱਕ ਦਿਨ ਰਹਿ ਕੇ ਡਰ ਲੱਗਦਾ ਵਾ ਕਿ ਇੱਕ ਦਿਨ ਰਹਿ ਗਿਆ ਵਾ ਕਿਤੇ ਇਹ ਨਾ ਹੋਵੇ ਕਿ ਵਿਚਾਰੀ ਦਾ ਮੰਮੀ ਜੀ ਦੀ ਗੁੜੀਆ ਦੀ ਮੈਰਿਜ ਆ ਉਹਨਾਂ ਦੀ ਨਿੱਕੀ ਜਿਹੀ ਹੁੰਦੀ ਆ ਕਿ ਮੈਂ ਆ ਲੈਣਾ ਉਹ ਲੈਣਾ इस बच्ची दी मदद जरूर करियो जे मदद नहीं कर सकते इस वीडियो नूं वध तों वध शेयर जरूर करियो क्योंकि हो सकदा वीरो तुहाडी शेयर कीत्या वीरो बच्ची दी मदद हो जाए ते वीरो एक दिन रह गया वा कितें मजाक बन के ना रह जाए सो वध तों वध मदद जरूर करियो बैठो हाँ बैठो बैठ जाओ बीजी तुम मंजे से इतने बैठ जाओ आ जाओ अंकल जी अच्छे तो अच्छे चेते बच्चे बैठ जाओ इधर मैं मेरे मित्र टाइम में करा ये बेचारे चार पैन है भाई ते ब्रदर भी नहीं है प्यो की भी दाते हैं पिछे जी ਆ ਜਿਹੜਾ ਵਿਚਾਰੇ ਜਿਹੜਾ ਘਰ ਵਾ ਇਹ ਪਿੰਡ ਦੇ ਮੁੰਡੇ ਬਾਹਰ ਗਏ ਸੀ ਉਹ ਮੈਂ ਬਣਾ ਦਿੱਤਾ ਸਾਰੇ ਉੱਥੇ ਬੈਠ ਜਾ ਹੈ ਲੈ ਲੈ ਇੱਥੇ ਕਿਸ ਮੁੰਡੇ ਜੇ ਪਤੀ ਤੇ ਉੱਠ ਜਾ ਇੱਥੇ ਬੈ ਲੈ ਲੈ ਸਭ ਬੈ ਜਾ ਸਭ ਬੈ ਜਾ ਫਿਰ ਮੈਂ ਆ ਮਾਤਾ ਕਹਿੰਦੀ ਨਹੀਂ ਕੰਜਰ ਆਇਆ ਨਹੀਂ ਵਿਆਹ ਚ ਦੋ ਦਿਨ ਰਹਿ ਗਏ ਹਾਂ ਹੋਰ ਠੀਕ ਠਾਕ ਮਾਤਾ ਜੀ ਮੈਂ ਤੇ ਵੈਸੇ ਅੱਜ ਵੀ ਨਹੀਂ ਸੀ ਆਉਣਾ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਮੈਂ ਕਿਉਂਕਿ ਵੀਰ ਮੈਂ ਸੇਵਾ ਜਿੱਧਰ ਉੱਧਰ ਜਾਣਾ ਹੁੰਦਾ ਮੈਨੂੰ ਹੁੰਦਾ ਕਿ ਪਹਿਲਾਂ ਆਣ ਕੇ ਕਰਨਾ ਕੀ ਆ ਠੀਕ ਹੈ ਜੀ ਮੇਲ ਵਾਲੇ ਦਿਨ ਜਾ ਕੇ ਆਪਣੀ ਪੂਰੀ ਟੀਮ ਹੁੰਦੀ ਆ ਤੇ ਸੇਵਾ ਕਰ ਦਿੰਦੇ ਹੁਣ ਜੇ ਤੁਸੀਂ ਕਹਿ ਕੇ ਵੀਰ ਆਪਾਂ ਚੱਲੀਏ ਹਾਂ ਗੁੱਡੀਆਂ ਆਪਣੀਆਂ ਸੰਗਦੀਆਂ ਵਾ ਬੱਲੇ ਗੁੜੀਆ ਹੋਰ ਬਹੁਤ ਠੀਕ ਠਾਕ ਵਧੀਆ ਹੋਰ ਠੀਕ ਠਾਕ ਤੂੰ ਸੰਗ ਲੱਗਦੀ ਆ ਤੇਰਾ ਵਿਆਹ ਵਾ ਮਾਸ਼ਾ ਦੂਜੀ ਦਾ ਤਾਂ ਨੀ ਵਿਆਹ ਕੁੜੀ ਦਾ ਹੋਰ ਬਹੁਤ ਸਤਿ ਸ਼੍ਰੀ ਅਕਾਲ ਇਹ ਭੈਣੇ ਵੀਰੇ ਆਏ ਆ ਅੰਮ੍ਰਿਤਸਰ ਤੋਂ ਆਏ ਵੀਰੇ ਹਾਂ ਤੇ ਅੱਜ ਉਹ ਨਾ ਅਸਲ ਚ ਸੇਵਾ ਕਰਦੇ ਆਪਣੇ ਹਰ ਅੱਗੇ ਵੀ ਇੱਥੇ ਚੁਸਲੇ ਵਾਲੇ ਵਿਆਹ ਕੀਤਾ ਉੱਥੇ ਵੀ ਸੇਵਾ ਕੀਤੀ ਸੀਗੀ ਤੇ ਅੱਜ ਆਸ਼ਰਮ ਚ ਵੀ ਆਏ ਸੀਗੇ ਸੇਵਾ ਕਰਨ ਆਪਣਾ ਆਸ਼ਰਮ ਆ ਨਾ ਉੱਥੇ ਮਰਾਣੇ ਉੱਥੇ ਸੇਵਾ ਕਰਨ ਆਏ ਤੇ ਮੈਂ ਵੈਸੇ ਮੈਂ ਗੱਲਾਂ ਕਰ ਲੱਭਾ ਮੈਂ ਕਿਹਾ ਕਿ 27 ਤਰੀਕ ਨੂੰ ਆਪਾਂ ਇੱਥੇ ਵਿਆਹ ਕਰਨਾ ਤੇ ਮੈਨੂੰ ਕਹਿੰਦੇ ਕਿ ਕਰ ਲੈ ਕੇ ਚੱਲ ਉਹਨਾਂ ਦੇ ਅਸੀਂ ਹੋ ਕੇ ਆਉਣਾ ਉਹਨਾਂ ਦੇ ਘਰ ਹਾਂ ਤੇ ਦੂਸਰੀ ਦੀਦੀ ਚਲੇਗੀ ਦੀਦੀ ਨੂੰ ਕੱਲ ਆਉਣਗੇ ਅੱਛਾ ਕੱਲ ਨੂੰ ਆਉਣਗੇ ਹਾਂ ਮੈਂ ਵੈਸੇ ਕੱਪੜੇ ਤਾਂ ਨਹੀਂ ਮੈਂ ਅੱਜ ਬਹੁਤ ਲੈ ਕੇ ਆਇਆ ਮੈਂ ਕੱਪੜੇ ਲੈ ਕੇ ਆਉਂਦਾ ਤੇਰੇ ਕੋਲ ਪਰਸੋਂ ਕੱਲ੍ਹ ਦਾ ਦਿਨ ਛੱਡ ਕੇ ਕੱਲ੍ਹ ਨੂੰ ਅਸੀਂ ਲੈ ਕੇ ਆਵਾਂਗੇ ਕੱਪੜੇ ਅਤੇ ਪਰਸੋਂ ਤੇਰੇ ਕੋਲ ਆਵਾਂਗੇ ਲੈ ਕੇ ਬੈਠ ਜਾਓ ਹਾਂ ਬੈਠ ਜਾ ਪੁੱਤ ਬੈਠ ਜਾ ਕਿੱਦਾਂ ਫਿਰ ਤਿਆਰ ਤੁਰ ਇੱਥੋਂ ਹੋਣਾ ਕਿ ਜਾਂ ਜਿੱਥੋਂ ਮੈਂ ਆਖਿਆ ਠੀਕ ਹੈ ओके कोई आया पिंडों के मदर मुझ देना मैं पत्ते तेरी वीडियो आज रात में मैं पाऊंगा तेरी वीडियो अब उदन की पोस्ट नहीं की थी मेरा टाइम नहीं लगा हाँ अज रात में पाऊंगा फिर तेरी हो सकता कोई मदद करना आज नहीं नहीं तो फिर आप तो फिर है हाँ तो चूड़ा मामे पाके आने मैं क्या वा मैं पाके देना वा हाँ ਉਹਨਾਂ ਵੀਰ ਨਾ ਸੇਵਾ ਭੇਜਦਾ ਹਮੇਸ਼ਾ ਆਪਾਂ ਨੂੰ ਉਹ ਅਮੈਰੀਕਾ ਤੋਂ ਆ ਉਹਦੀ ਇਹ ਕਿਉਂਕਿ ਅਗਲੇ ਦੀ ਵਿਸ਼ ਹੁੰਦੀ ਆ ਉਹ ਕਹਿੰਦਾ ਹੁੰਦਾ ਕਿ ਜਿਹੜਾ ਚੂੜਾ ਪਾਉਣਾ ਨਾ ਗੁੜੀਆਂ ਨੂੰ ਤੇ ਨਾਲ ਜਿਹੜੇ ਇੱਕ ਦੋ ਸੂਟ ਦਿੰਦਾ ਹੁੰਦਾ ਨਾਲ ਉਹ ਕਹਿੰਦਾ ਹੁੰਦਾ ਕਿ ਉਹ ਮੈਂ ਜਿਹੜੀ ਤੈਨੂੰ ਸੇਵਾ ਭੇਜਦਾ ਉਹਦੇ ਵਿੱਚੋਂ ਦੇ ਕੇ ਆਇਆ ਕਰ ਹਾਂ ਤੇ ਅੱਗੇ ਇੱਕ ਦੋ ਵਾਰੀ ਮੈਨੂੰ ਚੇਤਾ ਭੁੱਲ ਗਿਆ
ਤੇ ਮੈਂ ਚੂੜੇ ਦੀ ਉਹਨੂੰ ਦੂਜਾ ਸੇਵਾ ਕੀਤੀ ਨਾ ਕੁੜੀ ਨੇ ਆਪਣੇ ਮਾਮਿਆਂ ਤੋਂ ਕਰਤੀ ਤੇ ਉਹ ਮੈਨੂੰ ਕਹਿੰਦਾ ਯਾਰ ਮੈਂ ਤੈਨੂੰ ਕਿਹਾ ਸੀਗਾ ਵੀ ਚੂੜਾ ਮੇਰੇ ਵੱਲੋਂ ਦੇ ਕੇ ਆ ਕਰ ਹਾਂ ਮੈਂ ਤਾਂ ਹੀ ਪਰਿਵਾਰ ਨੂੰ ਕਹਿੰਦਾ ਨਾ ਕਿ ਜੇਕਰ ਚੂੜਾ ਤੁਹਾਨੂੰ ਕਿਸੇ ਨੇ ਪਾਉਣਾ ਤੁਹਾਨੂੰ ਕਹਿੰਦਾ ਹੋਰ ਕੋਈ ਸੇਵਾ ਕਰ ਲਓ ਤੇ ਉਹ ਵੀਰ ਦੀ ਵਿੱਚ ਵਾ ਹਾਂ ਗੁੜੀਆ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਤੇ ਮਾਤਾ ਤੁਹਾਡੇ ਸਾਹਮਣੇ ਆ ਹਾਂ ਜੇ ਮੈਂ ਇਹ ਪੁੱਛ ਰਿਹਾ ਤਾਂ ਫਿਰ ਮੈਨੂੰ ਕੱਲ ਤੁਹਾਨੂੰ ਨਾਲ ਲਿਓ ਨਹੀਂ ਲੋੜੀ ਪਤਾ ਕੀ ਰਾਸ਼ਨ ਦਾ ਤੇ ਆਪਾਂ ਕਰ ਲਾਂਗੇ ਹਨਾ ਜੇਕਰ ਉਹਦੀ ਗੁੱਤੀ ਦੀ ਕੋਈ ਉਹ ਤੇ ਜੇਕਰ ਤੇਰੀ ਕੋਈ ਵਿਸ਼ ਹੈਗੀ ਆ ਹਨਾ ਕਿਸੇ ਵੀ ਤਰ੍ਹਾਂ ਦੀ ਉਹ ਵੀਰ ਕਹਿੰਦੇ ਦੱਸ ਦੇ ਸਾਨੂੰ ਜਿਹੜਾ ਆਪਾਂ ਵਿਆਹ ਕਰਨਾ ਉਹ ਵੱਖਰਾ ਵਾ ਹਾਂ ਉਹ ਤਾਂ ਆਪਾਂ ਕਰ ਦਾਂਗੇ ਮੈਨੂੰ ਕਿਸੇ ਨੇ ਪੁੱਛਿਆ ਮੈਂ ਉਹਨੂੰ ਲਿਫਟ ਤਿਆਰ ਕਰਾ ਦੇਣੀ ਹੁਣ ਮੈਨੂੰ ਕਿਸੇ ਨੇ ਪੁੱਛਿਆ ਹੁਣ ਮੈਂ ਵਰਕਾ ਭਰਾ ਦੇਣਾ ਹੁਣ ਉਹ ਕਹਿੰਦੇ ਜੀ ਫਰਨੀਚਰ ਦਾ ਕੁਛ ਲੈ ਜਾਓ ਸਮਾਨ ਠੀਕ ਹੈ ਜੀ ਹੈ ਮੈਨੂੰ ਤੇ ਹਾਂ ਇਹ 463 ਵਾਲਾ ਜੀ ਆ ਜਾਓ ਇਹ ਭੈਣ ਆ ਆਪਣੇ ਇੱਥੇ ਮਾਨਕਪੁਰਾ ਪਿੰਡ ਵਾ ਠੀਕ ਹੈ ਜੀ ਹਾਂ ਤੇ ਆ ਗੁੜੀਆ ਨਾਲ ਆ ਨਾ ਉਹਦਾ ਚਾਹੀਦਾ ਆਜੋ ਨਾ ਤਾਂ ਵਿਚਾਰੀ ਦਾ ਡੈਡ ਹੈਗਾ ਨਾ ਭਰਾ ਹੈਗਾ ਕੋਈ ਤੇ ਵਿਆਹ ਵਸਤਾਈ ਤੀ ਨੂੰ ਹੈ ਹੋਰ ਠੀਕ ਹੈ ਜੀ ਠੀਕ ਹੈ ਤਾਂ ਹਾਂਜੀ ਲੈ ਗਏ ਤੁਹਾਡੇ ਭਰਾਵਾਂ ਨਾਲ ਹੀ ਅਜੇ ਭੈਣ ਜਿਹੜੇ ਤੈਨੂੰ ਬੈਡ ਵਧੀਆ ਲੱਗਦੇ ਮੇਰੀ ਭੈਣ ਲੈ ਲਾ ਇਹਦੇ ਨਾਲ ਆਪਣੀ ਪਸੰਦ ਦੇ ਲੈ ਲਾ ਜਿਹੜੇ ਤੈਨੂੰ ਵਧੀਆ ਲੱਗਦੇ ਆ ਇਹਨਾਂ ਵਿਆਹ ਚਾਹੀਦਾ ਮਾਨਸਪੁਰ ਵਿਆਹ ਵਾ ਇਹ ਵੀਰ ਆ ਅੰਮ੍ਰਿਤਸਰੋਂ ਸੇਵਾ ਕਰਨ ਹਾਂ ਹੋਰ ਆਪਣਾ ਕਿਹੜਾ ਪਿੰਡ ਕਿਹੜਾ ਅੱਛਾ ਅੱਛਾ ਠੀਕ ਠੀਕ ਹੈ ਹੋਰ ਸੁਣਾਓ ਠੀਕ ਠਾਕ ਪਰਿਵਾਰ ਥੈਂਕ ਯੂ ਵੀਦੀ ਇੱਧਰ ਪਿੱਛੇ ਪਿੱਛੇ ਆ ਜਾਓ ਵੀਦੀ ਅੱਗੇ ਆ ਜਾਓ ਆ ਜਾਓ ਬੈਠ ਹਾਂ ਇੱਕ ਵੇਖ ਲੇ ਵੇਖ ਲੈ ਕਿ ਖੋਲ ਖਾਲ ਕੇ ਵੇਖ ਉਹਨਾਂ ਨੂੰ ਕੁਛ ਡੱਬੇ ਡੁੱਬੇ ਖੋਲ ਕੇ ਵੇਖ ਆਹੋ ਉੱਥੇ ਵੇਖ ਲੈ ਹੁਣ ਇੱਕ 100 ਕੁੜੀਆਂ ਜਿਹਨਾਂ ਕੁੜੀਆਂ ਹੁਣ ਜਿਹਨਾਂ ਨੂੰ ਹੁੰਦਾ ਵੀ ਮੈਂ ਇਹਦਾ ਦਰਾਜ ਵੇਖਾਂ ਇਹਦੇ ਦਰਾਜ ਕਿੰਨੇ ਆ ਆਏ ਆ ਜੋ ਆ ਠੀਕ ਆ ਕੱਲੀਆਂ ਲਾਈਟਾਂ ਨਾ ਵੇਖੀ ਜਾ ਹਾਂ ਆ ਜੀ ਆਇਓ ਇੱਧਰ ਆ ਦਿਖਾਇਓ ਕੁੜੀਆਂ ਨੂੰ ਇੱਕ ਵਾਰੀ ਸਾਰੇ ਦਿਖਾ ਦਿਓ ਹਨਾ ਕੀ ਕਿਹੜਾ ਕਿੱਦਾਂ ਕਿਹੜਾ ਕਿੱਦਾਂ ਤੇ ਰੇਟ ਨਹੀਂ ਦੱਸਣਾ ਤੇ ਇੱਕ ਵਾਰੀ ਆਹ ਦੱਸੋ ਹਾਂਜੀ ਅੱਛਾ ਇਹ ਵੱਖਰੇ ਹੋਰ ਦੱਸ ਦਿਓ ਇਹਦੇ ਚ ਡਿਜ਼ਾਈਨ ਉਹ ਵੀ ਪਏ ਆ 7-8 ਡਿਜ਼ਾਈਨ ਪਏ ਜਿਹੜਾ ਇਹਨੂੰ ਚੰਗਾ ਲੱਗਦਾ ਦੱਸ ਦਿਓ ਉਹ ਦੇ ਹਾਂ ਹੁਣ ਬੋਤ ਦੱਸ ਕਿਹੜਾ ਡਿਜ਼ਾਈਨ ਵਧੀਆ ਲੱਗਦਾ ਇਹ ਸਾਈਡ ਬਾਕਸ ਵਾਲਿਆ ਉਹ ਸਾਈਡ ਬਾਕਸ ਤੋਂ ਬਣਾਇਆ ਮਤਲਬ ਇਹਨਾਂ ਕੰਮ ਜਿਹੜਾ ਇਹਨਾਂ ਨੇ ਵੀ ਇੰਨਾ ਹੀ ਕਰਨਾ ਇਹਦੇ ਜਿੰਨਾ ਜਿਹੜਾ ਆ ਪਰਲਾ ਵਾ ਨਾ ਬੈੱਡ ਉਹਦੇ ਨਾਲ ਆ ਚੀਜ਼ ਨਹੀਂ ਹੋਏਗੀ ਆ ਟੋ ਵਾਲਾ ਬੈੱਡ ਵੱਖਰਾ ਹੀ ਹਾਂਜੀ ਇਹ ਵੱਖਰਾ ਹਾਂ ਇਹਦੀ ਟੋ ਵੱਖਰੀ ਲੱਗੂ ਮੈਂ ਇਹਦੇ ਬਕਸੇ ਵੱਖਰੇ ਲੱਗੂ ਇਹਦੇ ਨਾਲ ਦੇ ਵੀ ਹੈਗੇ ਮੇਰੇ ਕੋਲ ਹੋਰ ਆਉ ਡਿਜ਼ਾਈਨ ਵਿਖਾ ਦਿੰਦਾ ਜੇ ਤੁਹਾਨੂੰ ਉਧਰੋਂ ਕੁਝ ਖਾਣ ਵਾਲਾ ਉਧਰੋਂ ਆ ਜਾ ਇਹ ਕੀ ਆ ਹੋਰ ਕਿਤੇ ਬੰਨੇ ਜਾਣਾ ਪਊਗਾ ਕਿ ਇੱਥੇ ਆਪਾਂ ਡਿਜ਼ਾਈਨ ਸਾਰੇ ਪਾਇਆ ਮੈਂ ਆ ਵੀ ਡਿਜ਼ਾਈਨ ਲੱਗਾ ਵਿਖਾਉਣ ਵਾਸ਼ਿੰਗ ਮਸ਼ੀਨ ਮੈਂ ਥੱਲੇ ਕਰਦਾ ਆ ਵੀ ਡਿਜ਼ਾਈਨ ਮੇਰੇ ਕੋਲ ਹੈ ਉਹ ਐਕਸਟਰਾ ਡਿਜ਼ਾਈਨ ਵਗੈਰਾ ਪਿਆ ਨਹੀਂ ਅੱਛਾ ਆ ਵੀ ਤੋਂ ਸਹੀ ਤੋਂ ਹੋਈ ਨਹੀਂ
बहुत सोहना मार्बल वाला, इस तो पिछे गोल्डन स्टेपल बहुत सोहना, ये देखिए 7 फुट ਦੇ ਵਿੱਚ। ਅੱਛਾ ਜੀ, ਇਹ 9 ਫੁੱਟ ਹੀ ਪਸੰਦ ਕੁੜੀਆਂ ਕਰਨੇ ਆ, ਵੱਡੇ ਪਸੰਦ ਕਰਦੇ ਉਹਨੂੰ ਆ ਪਤਾ ਹੁਣ ਪੁੱਤ ਜਾਂ 7 ਫੁੱਟ ਹੀ ਪਸੰਦ ਕਰਨਾ, ਜਿਹੜਾ ਮਰਜ਼ੀ ਵੇਖ ਲਾ। ਹਾਂ ਅਰੇ ਆ ਵੇ ਕੇ ਐਡੀ ਟੋਕੀ ਸੁਣੀ 9 ਫੁੱਟ ਦਾ ਜਾ ਦਿਓ 7 ਫੁੱਟ ਦਾ। ਹਾਂ ਉਹ ਛੋਟੇ ਆ, ਇੱਕ ਪੁੱਤ ਇੱਕ ਰੂਮ ਦਾ ਵੇਖ ਲਈ ਆਪਣਾ ਜਿਹੜਾ ਰੂਮ ਹੁੰਦਾ ਹਨਾ, ਕਈ ਏਰੀਆ ਵੱਡੇ ਆ ਤੇ ਕਈ ਇਹ ਛੋਟੇ ਰੂਮਾਂ ਚ ਐਡਜਸਟ ਨਹੀਂ ਹੁੰਦੇ, ਇਹ ਚੀਜ਼ ਧਿਆਨ ਨੂੰ ਰੱਖ ਲਈ, ਲੈਣ ਨੂੰ ਲੈ ਲੈ ਕੋਈ ਚੱਕਰ ਨਹੀਂ ਆ, ਪਰ ਰੂਮ ਦਾ ਹਿਸਾਬ ਨਹੀਂ ਕਿ ਰੂਮ ਹੈਗਾ ਖੁੱਲਾ ਵਾ। ਹਾਂ ਇਹ ਧਿਆਨ ਰੱਖੀ ਬਾਜ, ਇਹਨਾਂ ਘਰ ਦੇ ਦੋ ਡੇਢ ਰਿਆ ਕਰਾਉਂਦੀ ਰਹੇ। ਹਾਂ ਨਹੀਂ ਕਰੀ ਵੇਖ ਲੈ ਕਿੱਦਾਂ ਆ ਜਾਣਗੇ ਰੂਮ ਚ, ਆ ਜਾਊਗਾ ਵੱਡਾ ਆ ਜਾਊਗਾ, ਫਿਰ ਜਿਹੜਾ ਤੁਹਾਨੂੰ ਵਧੀਆ ਲੱਗਦਾ ਉਹ ਲੈ ਲਾ। ਹਾਂ ਇਹੋ ਹੀ ਆ, ਠੀਕ ਆ, ਤੇ ਨਾਲ ਗੱਦੇ ਲੈ ਲਾ, ਗੱਦੇ ਪਸੰਦ ਕਰ ਲਾ। ਹਾਂ ਗੱਦੇ ਵੇਖ ਲਾ ਕਿਹੜੇ ਹਾਰ ਜੇ ਨਾ ਦਿਓ ਜਾਦੇ। ਆਪਾਂ ਆਸ਼ਰਮ ਚ ਵੀ ਜਿਹੜਾ ਰੱਖਿਆ ਨਾ ਫਰਨੀਚਰ ਰੱਖਿਆ, ਉਹ ਵੀ ਇਹਨਾਂ ਤੋਂ ਵੀਰਾਂ ਤੋਂ ਖੜਿਆ ਸੀਗਾ, ਇੱਥੇ ਵਿਆਹ ਕੀਤੇ ਇੱਕ ਦੋ ਉਦੋਂ ਵੀ ਫਰਨੀਚਰ ਮੈਂ ਇਹਨਾਂ ਤੋਂ ਖੜਿਆ, ਤੇ ਸਹੀ ਰੇਟ ਲਾਉਂਦੇ ਆਪਾਂ ਨੂੰ। ਹਾਂ ਪੁੱਤ ਚੱਲਦੇ ਆ, ਕਿੱਦਾਂ ਉੱਥੇ ਟੁੱਟਾ ਉਹ ਸ਼ੀਸ਼ਾ ਤਾਰ ਵਾ, ਓਕੇ ਓਕੇ, ਅੱਛਾ ਲੱਗਦਾ ਨਾ ਜਿਵੇਂ ਸ਼ੀਸ਼ਾ ਟੁੱਟਾ ਹੁੰਦਾ ਬੱਚਿਆਂ ਦੇ ਕਰਕੇ ਨਾ, ਸ਼ੀਸ਼ਾ ਲੱਗਦਾ ਨੀਗਾ। ਓਕੇ ਬੱਚੇ ਪੁੱਤੇ ਸ਼ੀਸ਼ਾ ਤੋੜ ਦਿੰਦੇ। ਆਵੇ ਹਨਾ ਵਧੀਆ ਖੁੱਲਣ ਵਾਲੇ ਵਧੀਆ। ਜਾ ਪੁੱਤ ਜਮੂਰ ਫੜੀ ਮੜ ਜਾ, ਕਿਧਰ ਗਿਆ ਆ ਪੁੱਤ ਜਮੂਰ ਲਿਆ ਤੇ ਖੋਲ ਕੇ ਦੇ। ਚੱਲਦੇ ਆ ਪੁੱਤ, ਚੱਲਦੇ ਆ, ਪਹਿਲਾਂ ਤੂੰ ਫਿਰ ਨਾਲ ਕਿਉਂ ਆਈ ਮੇਰੇ? ਨਹੀਂ ਤੂੰ ਆ ਵੀ ਲਗੇ, ਚਲ ਗਾਂ ਤਾਂ ਨਹੀਂ ਲਿਉਂਦਾ ਪਹਿਲਾਂ, ਨਾਲੇ ਚੋਰ ਤੇ ਨਾਲੇ ਚਤਰ, ਵੀ ਹੁਣ ਸਾਨ ਕੀਤਾ ਵੀ ਮੈਂ ਜੋ ਆਖਿਆ ਵੀ ਮੇਰੇ ਨਾਲ ਚੱਲ, ਚੱਲ ਰੋਣਾ ਇਹਨੇ ਫਿਰ ਵੀ ਆ ਗਿਆ ਜੇ ਨਾਲ ਲਿਆਉਂਦਾ। ਮੇਰਾ ਧਿਆਨ ਰੱਖੀ ਇੱਥੇ ਨਾ ਰਹਿ ਜਾਵੇ ਜੀ। ਜਿਹੜੀ ਬਿਲਕੁਲ ਸਾਹਮਣੇ ਉੱਧਰ ਉਹ ਜਿਹੜੀ ਫ੍ਰੀ ਪਾਸ ਬੰਦ ਕਰਦਾ ਥੱਲੇ ਦੀ ਸਾਹਮਣੇ ਬਿਲਕੁਲ ਮਾਰੀ ਲੱਗੀ ਜਿਹੜੀ, ਉਹਨੂੰ ਨਾਲ ਲਾ ਜਾ ਸਾਨੂੰ ਅਜਮੂਰ ਮੁੰਡੇ ਦੇ। ਇਹਦੇ ਨਾਲ ਭਾਜੀ ਦੂਸਰੇ ਬੈੱਡ ਸਹੀ ਨਹੀਂ ਹੁੰਦੇ, ਜਿਹੜਾ ਆ ਪੂਰਾ ਖੁੱਲ ਜਾਂਦੇ ਇਹ 'ਚ ਨਾ ਚੀਜ਼ ਪਾਉਣੀ ਬੜੀ ਔਖੀ ਹੁੰਦੀ ਆ। ਵੈਸੇ ਤਾਂ ਸਾਰੇ ਇਹੋ ਚੱਲਦੇ, ਇਹੋ ਹੀ ਬਣਾਉਂਦੇ ਆਪਾਂ ਸਾਰੇ ਜਿੰਨੇ ਮਤਲਬ 20 ਸੈੱਟ ਪਏ ਹੋਣੇ, ਬਹੁਤ ਸੋਹਣੇ ਬਣੇ, ਕਿਉਂਕਿ ਇਹਦੇ 'ਚ ਨਾ ਗਾਂਹ ਕਾ ਚੀਜ਼ਾਂ ਪਾਉਣੀਆਂ ਬੜੀਆਂ ਔਖੀਆਂ। ਮੈਂ ਆਪਣੇ ਕੋਲ ਇਹੋ ਹੈ ਨਾ ਤੁਹਾਡੇ ਕੋਲ ਜਿਹੜੇ ਖੜੇ ਸੀ, ਵੈਸੇ ਆਪਣੇ ਸਾਰੇ ਚੱਲਦੇ ਵੀ ਉਹ ਤਾਂ ਬਣਾਉਂਦੇ ਵੀ ਹੋਣ, ਸਾਰਾ ਖੁੱਲਣ ਵਾਲਾ ਚੱਲਦਾ ਨਹੀਂ। ਓਕੇ, ਜਾਂ ਫਿਰ ਸਾਰੇ ਇੰਜ ਓਪਨ ਵਾਲੇ ਪੂਰੇ ਚੱਲਦੇ ਹਾਈਡ੍ਰੋਲਿਕ ਵਾਲੇ, ਉਹ ਥੋੜੇ ਫਿਰ ਮਹਿੰਗੇ ਪੈ ਜਾਂਦੇ। ਅੱਛਾ, ਤਾਂ ਕਰਕੇ ਉਹ 35,000 ਰੁਪਏ ਦੇ ਪੈ ਜਾਂਦਾ, ਉਹ ਜ਼ਿਆਦਾ ਮਹਿੰਗਾ ਹੋ ਜਾਂਦਾ। ਸਾਰੇ ਖੁੱਲਣ ਵਾਲੇ ਕੰਮ ਜਾ ਬਣੀ ਨਹੀਂ ਫਲਾਈ, ਇਹਨੇ ਘੁੰਮਣਾ ਨਹੀਂ ਫਲਾਈ, ਠੀਕ ਹੈ ਭੈਣ। ਮੈਂ ਕੱਲ ਨੂੰ ਨਾ ਕਹਿ ਕੇ ਮੈਨੂੰ ਆ ਨਹੀਂ ਪਸੰਦ, ਕੋਈ ਕੰਪਲੇਂਟ ਹੋਵੇ ਦੇਖ ਲੈ ਹਨਾ, ਮੇਰਾ ਨੰਬਰ ਲੈ ਮੈਨੂੰ ਫੋਨ ਕਰ ਦੇਣਾ, ਇਹਨਾਂ ਨੂੰ ਕਹਿਣ ਦੀ ਕੋਈ ਲੋੜ ਨਹੀਂ, 5 ਸਾਲ ਦੀ ਆਪਣੀ ਫੁੱਲ ਗਾਰੰਟੀ। ਠੀਕ ਹੈ ਗੁੜੀਆ, ਚਲਾ ਜਾਓ। ਹੈਲੋ, ਵਧੀਆ ਜੀ ਸਵਾਰ ਜੀ, ਗੁਰਨਾਮ ਸਿੰਘ, ਹਾਂ ਮਿਲ ਪਿਆ, ਆ ਗਿਆ ਹੁਣ, ਆ ਗਿਆ ਆ ਗਿਆ, ਲੈਣੇ 10-15 ਮਿੰਟ ਦਿਓ ਤੇ ਮੈਂ ਤੁਹਾਨੂੰ ਬੈਕ ਕਾਲ ਕਰਦਾ।
ਬਣਾਇਆ ਬਿੱਲ ਮੈਨੂੰ ਕਹਿਣਾ ਨਾ ਪਵੇ ਕਿ ਇੰਨੇ ਵਿੱਚ ਆਇਆ ਇੱਦਾਂ ਕਰ ਲਓ ਉਦੋਂ ਮੈਂ ਕਿੰਨੇ ਦੇ ਖੜੇ ਸੀ ਮੈਂ ਤਾਂ ਬਾਈ ਦੋ ਤਾਂ ਠੀਕ ਮੈਂ ਤੁਹਾਨੂੰ ਉਧਰ ਤੁਹਾਨੂੰ ਪਤਾ ਹੀ ਹੈ ਤੁਹਾਨੂੰ ਕਹਿਣ ਦਾ ਮੌਕਾ ਦੇ ਵੈਸੇ ਵੀ ਨਹੀਂ ਕਹਿਣ ਦਾ ਮੌਕਾ ਹੁੰਦਾ ਪਰ ਮੈਂ ਤੁਹਾਨੂੰ ਇਹ ਮੈਂ ਕਿਰਾਏ ਵਿੱਚ ਜੇ ਦੇ ਕਿੱਥੇ ਜਾਣੇ ਇਹ ਕਿਹੜਾ ਮਾਨਕਪੁਰਾ ਆ ਬੈਰ ਐਡਰੈਸ ਲਿਖਾ ਦੇ ਇਹਨਾਂ ਨੂੰ ਹਾਂ ਕੁਝ ਨਹੀਂ ਹੁੰਦਾ ठीक है तेरा आ जाओ नहीं यार ना हम दुर्वाड़ा में निकल आंटी तू ही आ जाओ कले नहीं आ आ जा चला जा एनो कम आई नहीं कोई नहीं कम आई नहीं ठीक है जी हाँ जी हाँ चैनल ऑन दिया चल इधरों कर ला फिर इधरों कर ला ठीक है ओके हाँ कर ला इतना कुमार कर ला गगन कितने यार मैं क्या हाँ जी वीर मेरे जिदा तुम देखा ही सी वीडियो दे विच कि इस भैन दे चार चार ही भैन वा ਤੇ ਨਾ ਵਿਚਾਰੀ ਦਾ ਡੈਡ ਹੈਗਾ ਸਿਰ ਤੇ ਨਾ ਹੀ ਭਰਾ ਹੈਗਾ ਪਿੰਡ ਮਾਨਕਪੁਰਾ ਜ਼ਿਲ੍ਹਾ ਤਰਨ ਤਾਰਨ ਤੋਂ ਇਹ ਬੱਚੀ ਸੀ ਤੇ ਇਸ ਬੱਚੀ ਦੀ ਮੈਰਿਜ 27 ਅਕਤੂਬਰ 2003 ਨੂੰ ਮੈਰਿਜ ਸੀਗੀ ਤੇ ਚਲੋ ਰੋਟੀ ਪਾਣੀ ਦੀ ਸੇਵਾ ਆਪਾਂ ਸੰਸਥਾ ਵੱਲੋਂ ਬਾਬਾ ਰਤਨਦੇਵ ਸੋਸਾਇਟੀ ਵੱਲੋਂ ਕਰ ਰਹੇ ਸੀਗੇ ਤੇ ਭੈਣ ਕਹਿੰਦੀ ਕਿ ਵੀਰੇ ਮੈਨੂੰ ਸ਼ੌਂਕ ਆ ਕਿ ਮੇਰੇ ਕੋਲ ਫਰਨੀਚਰ ਹੋਵੇ ਤੇ ਅੱਜ ਮੈਂ ਆਪਣੇ ਕਰਨ ਸਿਮਰ ਵੀਰ ਹੋਣਾਂ ਦਾ ਤੇ ਉਹਨਾਂ ਦੀ ਟੀਮ ਦਾ ਮੈਂ ਵੀਰ ਜੀ ਹੋਣਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਕਿ ਜਿਹਨਾਂ ਨੇ ਅੱਜ ਆਸ਼ਰਮ ਦੇ ਵਿੱਚ ਵੀ ਆਪਾਂ ਨੂੰ ਸੇਵਾ ਦੇ ਕੇ ਗਿਆ ਤੇ ਇਸ ਬੱਚੀ ਦੇ ਬੈੱਡਾਂ ਵਾਸਤੇ ਵੀ ਆਪਾਂ ਨੂੰ ਅੱਜ ਸੇਵਾ ਦੇ ਕੇ ਗਿਆ ਮਾਤਾ ਜੀ ਸੇਵਾ ਇਹਨਾਂ ਵੱਲੋਂ ਮੈਂ ਤਾਂ ਭੌਂਕਣ ਵਾਲਾ ਹਾਂ ਵੀਡੀਓ ਬਣਾ ਕੇ ਹਾਂ ਤੇ ਧੰਨਵਾਦ ਇਹਨਾਂ ਵੀਰਾਂ ਦਾ ਵੀ ਤੇ ਥੈਂਕ ਯੂ ਨਹੀਂ ਕਹਿਣਾ ਕਿ ਮੈਂ ਕਹਿਦਾ ਹਾਂ ਚਲ ਧੰਨਵਾਦ ਫਿਰ ਅੱਗੇ ਵੀ ਇਹ ਵੀ ਜੀ ਅੱਗੇ ਵੀ ਮੈਨੂੰ ਸੇਵਾ ਦੇ ਕੇ ਜਾਂਦੇ ਆ ਜੇ ਆਪਾਂ ਵਿਆਹ ਕਰਦੇ ਹਾਂ ਜਦੋਂ ਆਸ਼ਰਮ 'ਚ ਵੀ ਸੇਵਾ ਦੇ ਕੇ ਜਾਂਦੇ ਆ ਬਹੁਤ ਰਿਸਪੈਕਟ ਕਰਦੇ ਵਿਚਾਰੇ ਆਪ 'ਚ ਇੱਕ ਹੁੰਦੇ ਨਾ ਕਿ ਦੂਰੋਂ ਕੋਈ ਸੇਵਾ ਪਾ ਦਿੰਦਾ ਆਪ ਆਉਂਦੇ ਆ ਅੱਜ ਇਹਨਾਂ ਦੇ ਕਰਮਾਂ 'ਚ ਹੈਗੀ ਸੀ ਸੇਵਾ ਹੈਨਾ ਹਾਂ ਮੈਨੂੰ ਆਸ਼ਰਮ 'ਚ ਆਏ ਸੀਗੇ ਤੇ ਮੈਨੂੰ ਕਹਿੰਦੇ ਕਿ ਉੱਥੇ ਆਪਣੇ ਕੋਲ ਲੈ ਕੇ ਆਏ ਕੰਬਲ ਲੈ ਕੇ ਆਏ ਤੇ ਮੈਂ ਵੈਸੇ ਕਹਿ ਤਾ ਵੈਸੇ ਤੁਹਾਡੇ ਵਾਸਤੇ ਤੁਹਾਡੀ ਤਾਂ ਅਜੇ ਵੀਡੀਓ ਪਾਈ ਨਹੀਂ ਆ ਹਜੇ ਇਹਨਾਂ ਦੀ ਮੈਂ ਵੀਡੀਓ ਨਹੀਂ ਪਾਈ ਤੇ ਮੈਂ ਵੈਸੇ ਇਹਨਾਂ ਨੂੰ ਕਹਿੰਦਾ ਮੈਂ 27 ਤਰੀਕ ਨੂੰ ਆਪਾਂ ਇੱਥੇ ਵਿਆਹ ਕਰਨਾ ਵਾ ਤੇ ਮੈਂ ਹੁਣ ਮੈਂ ਟਾਈਮ ਜਿਹਾ ਨਹੀਂ ਲੱਗਣ ਡਿਆ ਵੀਡੀਓ ਪਾਉਣ ਦਾ ਤੇ ਮੈਨੂੰ ਕਹਿੰਦੇ ਯਾਰ ਜੇ ਉੱਥੇ ਵਿਆਹ ਕਰਨਾ ਤੇ ਆਪਾਂ ਕੋਈ ਸੇਵਾ ਹੀ ਦੇ ਆਈਏ ਉੱਥੇ ਤੇ ਮੈਂ ਚਲੋ ਮੈਨੂੰ ਹੋਰ ਕੀ ਚਾਹੀਦਾ ਹਾਂ ਤੇ ਚਲੋ ਹਾਂ ਸਹੀ ਗੱਲ ਹੈ ਜੀ ਤੁਹਾਨੂੰ ਥੈਂਕ ਯੂ ਵੀਦੀ ਚੱਲ ਚੱਲੀਏ ਇਹਨਾਂ ਨੇ ਰੋਟੀ ਖਾ ਕੇ ਜਲਦੀ ਹੈ ਥੈਂਕ ਯੂ ਬ੍ਰਦਰ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਹਾਂ ਬਹੁਤ ਰੱਬ ਰਾਹ ਤੁਹਾਨੂੰ ਹੋਰ ਦੇਵੇ ਤੁਹਾਨੂੰ ਠੀਕ ਹੈ ਜੀ ਹੈ ਓਕੇ ਥੈਂਕ ਯੂ ਵੀਦੀ ਬਹੁਤ ਬਹੁਤ ਧੰਨਵਾਦ ਤੁਹਾਡਾ ਉਸ ਵੀਰ ਦਾ ਵੀ ਤੁਹਾਨੂੰ ਥੈਂਕ ਯੂ ਕੀ ਨਾਮ ਉਹਨਾਂ ਦਾ ਹਾਂਜੀ ਤੇ ਗਗਨ ਵੀਰ ਜੀ ਹੋਣਾਂ ਦਾ ਵੀ ਥੈਂਕ ਯੂ ਮੈਂ ਧੰਨਵਾਦ ਕਰਦਾ ਵਾਂ ਜਿਹੜੇ ਆਪਣੇ ਭਰਾਵਾਂ ਦੇ ਵੀਰਾਂ ਦੇ ਥਰੂ ਆਪਾਂ ਨੂੰ ਸੇਵਾ ਭੇਜਦੇ ਆ ਧੰਨਵਾਦ ਉਹਨਾਂ ਵੀਰਾਂ ਦਾ ਹਾਂ ਚਲ ਆ ਪੁੱਤ ਧੀ ਜਾ ਇਹਦੇ ਬਾਅਦ ਮੈਨੂੰ ਚੇਤਾ ਭੁੱਲ ਜਾਣੇ ਤੇਰਾ ਕੱਢੀ ਸੀ ਬੰਦ ਕਰ ਠੀਕ ਸਹੀ ਗੱਲ ਆ ਹਾਂ ਪਾਪਾ ਕੋ ਖਾ ਗਏ ਨਾ ਆਪਾਂ ਨੇ ਨਾ ਸਾਰੀ ਸੇਵਾ ਹੀ ਵੀਡੀਓ ਦੇ ਸਿੱਤੇ ਚੱਲਦੀ ਹੈ ਉਹਨੇ ਵਿਆਹ ਕਰਨਾ ਇੱਕ ਹਾਂ ਹੁਣ ਇੱਕ 27 ਤਰੀਕ ਨੂੰ ਵਿਆਹ ਕਰਨਾ ਹਾਂਜੀ ਇੱਕ 4 ਤਰੀਕ ਨੂੰ ਵਿਆਹ ਕਰਨਾ ਇੱਕ 27 ਨੂੰ ਇੱਕ ਆਸ਼ਰਮ ਆਪਣਾ ਉਹ ਸਿਰ ਫਿਰ ਆਪਾਂ ਨੂੰ ਮੇ ਆਪਣੀ ਕੋਈ ਇਨਕਮ ਕੋਈ ਗੋਲਖ ਨਹੀਂ ਹੈਗੀ
ਕੋਈ ਆਪਣੀ ਜ਼ਮੀਨ ਨਹੀਂ ਹੈਗੀ ਮੈਨੂੰ ਸੇਵਾ ਵੀਡੀਓ ਸਿਰ ਤੇ ਹੁੰਦੀ ਸਾਰੀ ਨਹੀਂ ਥੈਂਕ ਯੂ ਧੰਨਵਾਦ ਤੁਹਾਡਾ ਪਾਪਾ ਕੋ ਖਵਾ ਕੇ ਦੇ ਜੈਸੇ ਮੇਰੇ ਪੁੱਤ ਪਾਪਾ ਕੋ ਖਵਾ ਕੇ ਦੇ ਦੋ ਲੀਟਰ ਦੀ ਬੋਤਲ ਨਾਲ ਡਿਸਪੋਜ਼ਲ ਕਰ ਸਕਦੇ ਹੋ ਕੋਣ ਕੇ ਨਹੀਂ ਨਿਓ ਫੜ ਲੈਣੇ ਨੇ ਇਹਨਾਂ ਕਿੰਨੇ ਆ ਠੀਕ ਹੈ ਕੱਟ ਲਾ